आज 21 जून ਨੂੰ ਮਨਾਏ ਜਾ ਰਹੇ ਇੰਟਰਨੈਸ਼ਨਲ ਯੋਗਾ ਦਿਵਸ ਬਾਰੇ ਕੁਝ ਤੁਹਾਡਾ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ। ਯੋਗ ਦਾ ਸ਼ਬਦਿਕ ਅਰਥ ਯੁਜ ਦੇ ਸੰਸਕ੍ਰਿਤਿਕ ਵਰਡ ਤੋਂ ਬਣਿਆ ਹੋਇਆ ਹੈ, ਜਿਹਦਾ ਅਰਥ ਹੈ ਜੋੜਨਾ। ਜੋੜਨਾ ਕਿਹਨੂੰ ਹੈ? ਸਰੀਰ, ਮਨ, ਦਿਮਾਗ, ਇਹਨਾਂ ਸਾਰੀ ਚੀਜ਼ਾਂ ਨੂੰ ਜੋੜ ਕੇ ਇੱਕ ਵਧੀਆ ਇਨਸਾਨ ਬਣਿਆ ਜਾ ਸਕਦਾ ਹੈ। ਯੋਗ ਦੇ ਵਿੱਚ ਅਸੀਂ ਨਾ ਸਿਰਫ ਸਰੀਰਕ ਰਿਸ਼ਟ ਪੁਸ਼ਟ ਸਿੱਖਦੇ ਹਾਂ, ਬਲਕਿ ਅਸੀਂ ਮਨ ਦੀ ਤੰਦਰੁਸਤੀ ਵੱਲ ਵੀ ਧਿਆਨ ਦੇ ਸਕਦੇ ਹਾਂ। ਅੱਜ ਜਿਵੇਂ ਕਿ ਕੋਵਿਡ ਦਾ ਦੌਰ ਚੱਲ ਰਿਹਾ ਹੈ, ਬਹੁਤ ਸਾਰੇ ਲੋਕ ਜਿਹੜੇ ਹਨ ਉਹ ਡਿਪਰੈਸ਼ਨ ਦੀਆਂ ਬਿਮਾਰੀਆਂ ਤੋਂ ਗ੍ਰਸਤ ਹੋ ਚੁੱਕੇ ਹਨ, ਕਿਉਂਕਿ ਕਾਰੋਬਾਰ ਟੁੱਟ ਗਏ, ਜਿਨ੍ਹਾਂ ਨਾਲ ਲੋਕਾਂ ਦੀ ਜਿਹੜੀ ਸਰੀਰਕ ਜਿਹੜੀ ਕੰਮ ਕਰਨ ਦੀ ਸ਼ਮਤਾ ਉਹ ਘਟੀ ਹੋਈ ਹੈ। ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਠੀਕ ਤਰੀਕੇ ਨਾਲ ਚਲਾਉਣਾ ਹੈ ਤਾਂ ਅਸੀਂ ਯੋਗ ਦਾ ਸਹਾਰਾ ਲੈ ਸਕਦੇ ਹਾਂ। ਮੈਂ ਆਪਣੇ ਉੱਚ ਅਧਿਕਾਰੀਆਂ, ਸਕੂਲ ਸਿੱਖਿਆ ਵਿਭਾਗ ਅਤੇ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਦੇਣਾ ਚਾਹਾਂਗੀ ਕਿ ਉਹ ਇਹੋ ਜਿਹੇ ਵਡਮੁੱਲੇ ਉਪਰਾਲੇ ਕਰ ਰਹੇ ਹਨ ਤਾਂ ਕਿ ਜਿਹੜੇ ਬੱਚੇ ਸਾਡੇ ਘਰਾਂ ਦੇ ਵਿੱਚ ਬੈਠੇ ਹੋਏ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ, ਸਰੀਰ ਕਸਰਤ ਤੋਂ ਵਾਂਝੇ ਰਹਿ ਰਹੇ ਹਨ, ਉਹਨਾਂ ਦੀ ਔਨਲਾਈਨ ਯੋਗਾ ਕਲਾਸਿਸ ਲਗਾ ਕੇ ਵੀ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਇਸ ਪਾਸੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਪਣੇ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖ ਸਕਣ। 2015 ਤੋਂ ਲਗਾਤਾਰ ਇਹ 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ, ਔਰ ਮੈਂ ਡਿਪਾਰਟਮੈਂਟ ਨੂੰ ਵਧਾਈ ਦਿੰਦੀ ਹਾਂ ਕਿ ਸਾਡੇ ਸਕੂਲ ਸਿੱਖਿਆ ਵਿਭਾਗ ਵਿੱਚ ਵੀ ਇਸ ਯੋਗ